ਫਾਸਲੇ ਮਿਟਾਉਂਦੇ ਆ, ਪੁਲ ਬਣਾਉਂਦੇ ਆ, ਇਹ ਜੋੜਦੇ ਆ, ਇਹ ਤੋੜਦੇ ਨਹੀਂ। ਵੇਖੋ ਕੈਂਚੀ ਕੱਟਦੀ ਹੈ ਅਤੇ ਨਾਈ ਪੈਰਾਂ ਥੱਲੇ ਲਾ ਕੇ ਰੱਖਦਾ ਅਤੇ ਸੂਈ ਜੋੜਦੀ ਹੈ ਅਤੇ ਸਾਫੇ ਦੇ ਵਿੱਚ ਸਜਾ ਕੇ ਰੱਖੀ ਜਾਂਦੀ ਅਤੇ ਜੋੜਨ ਵਾਲੇ ਨੂੰ ਮਾਣ ਮਿਲਦਾ ਅਤੇ ਤੋੜਨ ਵਾਲੇ ਨੂੰ ਅਪਮਾਨ ਮਿਲਦਾ। ਅੱਛਾ ਭਾਅ ਜੀ, ਇਸ ਕਰਕੇ ਜੋੜਨ ਵਾਲੇ ਸਪੋਰਟਸਮੈਨ, ਜੋੜਨ ਵਾਲੇ ਕਲਾਕਾਰ ਇਹ ਤਾਂ ਪੁਲ ਬਣਾਉਂਦੇ ਆ, ਫਾਸਲੇ ਮਿਟਾਉਂਦੇ ਆ, ਅਮਨ ਅਮਾਨ ਦੇ ਪ੍ਰਤੀਕ ਨੇ। ਇਸ ਕਰਕੇ ਕ੍ਰਿਕਟ ਹੋਵੇ, ਅਸੀਂ 16 ਸਾਲ ਬਾਅਦ ਆਏ ਸੀ। ਮੈਂ 2004 'ਚ ਖਾਨ ਸਾਹਿਬ ਪਾਕਿਸਤਾਨ ਵੱਲੋਂ ਕਮੈਂਟਰੀਆਂ ਕਰਦੇ ਸੀ ਅਤੇ ਮੈਂ ਹਿੰਦੁਸਤਾਨ ਵੱਲੋਂ ਕਮੈਂਟਰੀ ਕਰਦਾ ਅਤੇ ਇੱਥੋਂ ਹੀ ਤੁਰਿਆ ਜਾਂਦਾ। ਮੈਂ ਵਾਹਗੇ ਬਾਰਡਰ ਤੋਂ ਜਾ ਕੇ MP ਬਣ ਗਿਆ ਸਾਂ 2004 ਦੇ ਵਿੱਚ। ਸੋ ਇਹ ਸਪੋਰਟਸਮੈਨ ਜੋੜਨ ਵਾਲੇ ਸਿੱਧੂ ਭਾਈ ਜੀ ਦਾ ਹੈਗਾ, ਹਾਂਜੀ ਜੀ। ਨਹੀਂ ਦੇਖੀਏ, ਮੈਂ ਯਹਾਂ ਮੁਹੱਬਤ ਕਾ ਪੈਗਾਮ ਲੈ ਕੇ ਆਇਆ ਹੂੰ ਸਾਹਿਬ, ਉਨਕੇ ਬੁਲਾਵੇ ਪੇ ਆਇਆ ਹੂੰ। ਕੁਛ ਕਾਮ ਸਰਕਾਰੋਂ ਕੇ ਹੋਤੇ ਹੈ ਜੋ ਪੋਲੀਟੀਕਲ ਹੋਤੇ ਹੈ, ਮੈਂ ਉਨਮੇਂ ਦਖਲ ਅੰਦਾਜ਼ੀ ਕਰਨੇ ਨਹੀਂ ਆਇਆ ਹੂੰ। ਮੈਂ ਉਨਕੀ ਖੁਸ਼ੀ ਮੇਂ ਸ਼ਰੀਕ ਹੋਨੇ ਆਇਆ ਹੂੰ। ਔਰ ਆਜ ਮੁਝੇ ਕੁਛ ਅਫਸੋਸ ਵੀ ਹੈ ਕਿ ਹਮਾਰੇ ਪੂਰਵ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਸਾਹਿਬ, ਜਿਨ੍ਹੋਂਨੇ ਦੋਸਤੀ ਕੀ ਬੱਸ ਚਲਾਈ ਥੀ, ਆਜ ਉਨਕਾ ਦੇਹਾਂਤ ਹੋ ਗਿਆ ਹੈ ਔਰ ਉਹ ਮੇਰੇ ਲਈ ਅਫਸੋਸ ਹੈ। ਉਹ ਵੀ ਇਹੀ ਉਹ ਕਹਿੰਦੇ ਸਨ ਕਿ ਇਹ 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 ਜਿਹੜੀ ਮੈਂ ਬੱਸ ਚਲਾਈ ਹੈ ਦੋਸਤੀ ਦੀ, ਜੇ ਗੁਆਂਢੀ ਦੇ ਘਰ ਅੱਗ ਲੱਗੀ ਹੋਵੇ, ਸੁਣੋ ਯਾਰ, ਜੇ ਗੁਆਂਢੀ ਦੇ ਘਰ ਅੱਗ ਲੱਗੀ ਹੋਵੇ ਤਾਂ ਸੇਕ ਮੈਨੂੰ ਪਹੁੰਚਦਾ, ਅਤੇ ਜੇ ਉੱਧਰ ਠੰਡਕ ਹੋਵੇ ਤਾਂ ਉਹ ਠੰਡਕ ਵੀ ਮੈਨੂੰ ਪਹੁੰਚਦੀ। ਅਤੇ ਇਸ ਕਰਕੇ ਇਹੀ ਪੈਗਾਮ, ਇਹੀ ਇੱਛਾ, ਇਹੀ ਚਾਹਤ, ਮੈਂ ਆਸ ਕਰਦਾ। ਦੇਖੋ, ਆਸ ਦੁਨੀਆ ਦਾ ਸਭ ਤੋਂ ਵੱਡਾ ਲੰਗਰ ਹੈ। ਜਦ ਤੱਕ ਸਵਾਸ ਹੈ ਤਦ ਤੱਕ ਆਸ ਹੈ। ਜਿਹਦੇ ਕੋਲ ਕੁਛ ਨਹੀਂ ਹੁੰਦਾ ਉਹਦੇ ਕੋਲ ਆਸ ਹੁੰਦੀ, ਇਹ ਆਸ ਨਹੀਂ ਟੁੱਟਣੀ ਚਾਹੀਦੀ। ਔਰ ਵਿਸ਼ਵਾਸ ਮਿੱਟੀ ਦੇ ਭਾਂਡੇ ਵਾਂਗ ਹੁੰਦਾ, ਇੱਕ ਵਾਰ ਟੁੱਟ ਜੇ ਤਾਂ ਫਿਰ ਲੱਖ ਗੂੰਦ ਲਾਈ ਜਾਓ, ਜੋੜਾਂ ਦਿਖਦੇ ਰਹਿੰਦੇ, ਸਮਝ ਨਹੀਂ। ਇਹ ਆਸ ਔਰ ਵਿਸ਼ਵਾਸ ਇਹ ਵਕਤ ਦੱਸੇਗਾ ਕਿ ਖਾਨ ਸਾਹਿਬ ਅਗਲੇ 6 ਮਹੀਨਿਆਂ ਦੇ ਵਿੱਚ ਜਿਹੜਾ ਲੋਕਾਂ ਦੀਆਂ ਉਮੀਦਾਂ ਉਹਦੇ ਉੱਤੇ ਕਿੰਨੇ ਖਰੇ ਉਤਰੇ। ਮੈਂ ਤਾਂ ਉਹਨਾਂ ਨੂੰ ਸੋਨਾ ਮੰਨਦਾ, ਜੇ ਅੱਗ 'ਚ ਵੀ ਪਾ ਦਿਓਗੇ ਅਤੇ ਆਪਣੀ ਮੈਲ ਖੋਏਗਾ, ਹੋਰ ਸੰਵਰੇਗਾ, ਹੋਰ ਨਿਖਰੇਗਾ। ਇਸ ਕਰਕੇ ਮੈਂ ਦੇਖੀਏ ਮੈਂ ਉਨਕੇ ਲਈ ਇੱਕ ਸ਼ਾਲ ਲੈ ਕੇ ਆਇਆ ਹੂੰ, ਕਸ਼ਮੀਰੀ ਬੁਨਕਰੋਂ ਕੀ, ਮੁਝੇ ਉਹ ਬਹੁਤ ਪਸੰਦ ਹੈ ਔਰ ਮੈਂ ਖੁਦ ਉਹ ਲੇਤਾ ਹੂੰ, ਇਸ ਲਈ ਮੈਂ ਬੜਾ ਢੂੰਡ ਕੇ ਉਹ ਸ਼ਾਲ ਖਾਨ ਸਾਹਿਬ ਕੇ ਲੀਏ, ਇੱਕ ਮੁਹੱਬਤ ਕਾ ਪ੍ਰਤੀਕ ਹੈ ਉਹ ਸ਼ੋਲ। ਜੇ ਤੁਸੀਂ ਕਹੋ ਤੇ ਮੈਂ ਉਹ ਮੁਹੱਬਤ ਦੀਆਂ ਲਾਈਨਾਂ ਵੀ ਲਿਖੀਆਂ ਸੁਣਾ ਦਿਆਂ ਇਹਨੂੰ, ਇਹ ਮਗਰ ਨੂੰ ਕਰਨਾ ਯਾਰ ਮਿੱਤਰਾ, ਥੋੜਾ ਜਿਹਾ ਥੱਲੇ ਕਰੋ। ਲੈ ਕੇ ਆਇਆ ਪੈਗਾਮ ਮੁਹੱਬਤਾਂ ਦਾ, ਲਾਈ ਜਿੰਦ ਮੈਂ ਨਾਮ ਮੁਹੱਬਤਾਂ ਦੇ, ਲੈ ਕੇ ਆਇਆ ਮੈਂ, ਹਾਂ ਲੈ, ਇਹ ਇਹੀ ਹੋਇਆ, ਲੈ ਕੇ ਆਇਆ ਪੈਗਾਮ ਮੁਹੱਬਤਾਂ ਦੇ, ਲੈ ਕੇ ਆਇਆ ਪੈਗਾਮ ਮੁਹੱਬਤਾਂ ਦੇ, ਲਾਈ ਜਿੰਦ ਮੈਂ ਨਾਮ ਮੁਹੱਬਤਾਂ ਦੇ, ਸਾਡੀ ਰੂਹ ਤੇ ਨਹੀਂ ਦਾਗ ਕੋਈ, ਬਸ ਕੁਛ ਇੱਕ ਇਲਜ਼ਾਮ ਮੁਹੱਬਤਾਂ ਦੇ, ਪਹਿਰੇਦਾਰ ਹਾਂ ਵਫਾ ਦੀਆਂ ਦੌਲਤਾਂ ਦਾ, ਪਹਿਰੇਦਾਰ ਹਾਂ ਵਫਾ ਦੀਆਂ ਦੌਲਤਾਂ ਦੇ, ਅਸੀਂ ਰਾਖੇ ਤਮਾਮ ਮੁਹੱਬਤਾਂ ਦੇ, ਅਸੀਂ ਰਾਖੇ ਤਮਾਮ ਮੁਹੱਬਤਾਂ ਦੇ, ਚੁੱਕੋ ਚੁੱਕੋ ਉਹ ਚੁੱਕੋ ਚੁੱਕੋ ਅੱਜ ਯਾਰੀ ਦੇ ਕਦਮ ਚੁੱਕੋ, ਚੁੱਕੋ ਚੁੱਕੋ ਅੱਜ ਯਾਰੀ ਦੇ ਕਦਮ ਚੁੱਕੋ, ਉਹ ਚੁੱਕੋ ਚੁੱਕੋ ਇਹ ਜਾਮ ਜਿਹੜਾ ਮਦਹੋਸ਼ ਕਰਦੇ, ਇਹ ਜਾਮ ਮੁਹੱਬਤਾਂ ਦੇ। ਵਾਹ ਵਾਹ ਵਾਹ, ਹੈ ਕਿਉਂ ਕੱਢਦੇ ਆ ਨਾ ਵੱਟ, ਤੇ ਗੱਲ ਸਹੀ ਕਹਿੰਦਾ ਨਾ ਸਿੱਧੂ ਜੱਟ। ਪ੍ਰਧਾਨ ਮੰਤਰੀ ਤੁਹਾਡੇ ਮੋਦੀ ਆਏ ਸਨ, ਨਵਾਜ਼ ਸ਼ਰੀਫ ਦੀ ਪਿੰਕ ਰੰਗ ਸ਼ਗਨਾਂ ਦਾ, ਪਿਆਰ ਦਾ, ਮੁਹੱਬਤ ਦਾ, ਤੇ ਵਿਆਹਾਂ ਦੇ ਉੱਤੇ ਵੀ ਇਹ ਇਸਤੇਮਾਲ ਹੁੰਦਾ। ਹਾਲਾਂਕਿ ਮੇਰੇ ਦਿਲ ਦੇ ਵਿੱਚ ਵਾਜਪਾਈ ਸਾਹਿਬ ਦੇ ਜਾਣ ਦਾ ਬੜਾ ਸ਼ੌਕ ਹੈ,
लेकिन फिर भी जिंदगी चलती रहती है और असी अमन मान प्यार मुहब्बत लैके अज पाकिस्तान आए पाजी एडा वाह पॉलिटिशियन एंटी कंट्री जब पाकिस्तान इंडिया स्पीचेस करते ने इलेक्शन से कैमरियन देख के देखो मैं उस विचारधारा दा नहीं है। हर बंदे नूं अख्तियार है जमहूरीयत दे विच के ओ ओदी कोई विचारधारा होवे। हंस ते बगला मानसरोवर च इकट्ठे रहिंदे आ, हंस मोती लभदा है ते बगला मच्छियां, दोवां दी सोच दा अंतर है। सोच उच्ची ते बंदा शहनशाह, सोच उच्ची ते बंदा शहनशाह शाहां दा शाह, ते सोच नीवी ते बंदा भुखारी हाथ च झूठा ठन ठन पाल मदन गोपाल। क्यों ठीक आख्या, ये ते सोच दा फर्क है। दुआ है आपकी, मैं दुआवां लेके आया, मैं दुआवां लेके आया सब दे लई। जदों तुसी एक मिनट छोटे वीर एक मिनट, तुसी पंज वक्त की नमाज पढ़ते हो, तुसी पंज वक्त की नमाज पढ़ते हो, नमाजी हो, असी भी अरदास करते हैं, असी भी अरदास करते हैं। नानक नाम चढ़दी कला, तेरे पाने सरबत दा भला, असी सब दा भला मंग, अपना भला मंगण तो पहला तुहाडा भला मंगते हैं। इस करके तुसी हुण कहने हो कि पैगाम दुआ है आपकी हस्ती का, शायर इदां ही कहिंदा हुंदा, दुआ है आपकी हस्ती का कुछ ऐसा नजारा हो जाए, दुआ है आपकी हस्ती का कुछ ऐसा नजारा हो जाए, अरे कश्ती भी उतारे मौजों पे और तूफान ही किनारा हो। सिद्धू जी, बहुत शुक्रिया।